ਮੈਂ ਪਹਿਲਾਂ ਤਾਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਅਰਵਿੰਦ ਜੀ ਦਾ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ, ਸਾਡੇ ਇੰਚਾਰਜ ਸਾਹਿਬਾਨ ਦਾ, ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹਦੇ 'ਚ ਖਾਸ ਕਰਕੇ ਸੰਦੀਪ ਪਾਠਕ ਜੀ ਦਾ, ਜਿੰਨੇ ਵੀ ਪਾਰਟੀ ਦੇ ਦਰਜਾ ਬਦਰਜਾ ਅਹੁਦੇਦਾਰ ਆ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਉਣ 'ਚ ਮੈਨੂੰ ਪਾਰਟੀ ਨੇ ਵਿਸ਼ਵਾਸ ਕਰਕੇ, ਮਾਨ ਸਾਹਿਬ ਹਰਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਪਾਰਟੀ ਦੀ ਟਿਕਟ ਦਿੱਤੀ ਹੈ। ਮੈਂ ਉਹਨਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਹਰ ਹਾਲਤ ਕੋਸ਼ਿਸ਼ ਕਰਾਂਗਾ। ਤੁਹਾਨੂੰ ਲੱਗਦਾ ਨਹੀਂ ਕਿ ਸਰਹੱਦੀ ਇਲਾਕੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਕਿਵੇਂ ਹੱਲ ਕੀਤੀਆਂ ਜਾਣਗੀਆਂ ਔਰ ਕੰਪੇਨ ਕਦੋਂ ਅਤੇ ਕਿੱਥੋਂ ਸ਼ੁਰੂ ਕਰ ਰਹੇ ਹੈਗੇ? ਕੰਪੇਨ ਬਾਰੇ ਸ਼ਡਿਊਲ ਅਸੀਂ ਅੱਜ ਬਣਾ ਲਵਾਂਗੇ ਅਤੇ ਇੱਕ ਅੱਧੇ ਦਿਨ 'ਚ ਅਸੀਂ ਤੁਹਾਨੂੰ ਆਪਦੇ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਪਾ ਦਾਂਗੇ ਕਿ ਕਦੋਂ ਤੋਂ ਕਿੱਥੋਂ ਸ਼ੁਰੂ ਕਰ ਰਹੇ ਹਾਂ। ਸਾਰੇ MLA ਸਾਹਿਬਾਨ ਹਲਕਿਆਂ ਦੇ ਨਵੇਂ MLA ਸਾਹਿਬਾਨ ਨਾਲ ਮੀਟਿੰਗ ਕਰਕੇ, ਹਲਕਾ ਇੰਚਾਰਜ ਨਾਲ ਜਿਹੜੇ ਅਬੋਹਰ 'ਤੇ ਉਹਨਾਂ ਨਾਲ ਮੀਟਿੰਗ ਕਰਕੇ ਕੰਪੇਨ ਦਾ ਜਿਹੜਾ ਸ਼ਡਿਊਲ ਅਸੀਂ ਵਟਸਐਪ 'ਤੇ ਪਾ ਦਿਆਂਗੇ। ਕਈ ਵੱਡੇ ਚਿਹਰਿਆਂ ਦੇ ਨਾਮ ਦੀ ਚਰਚਾ ਹੋ ਰਹੀ ਹੈਗੀ ਆ, ਜੇ ਉਹ ਆਉਂਦੇ ਹੈਗੇ ਆ, ਕਿਸ ਤਰ੍ਹਾਂ ਦਾ ਮੁਕਾਬਲਾ ਜਿਹੜਾ ਹੈਗਾ ਉਹ ਰਹੇਗਾ ਔਰ ਕਿਸ ਤਰ੍ਹਾਂ ਲੱਗਦਾ ਹੈਗਾ ਤੁਹਾਨੂੰ ਆਪ ਜੀ? ਦੇਖੋ ਜੀ, ਇਲੈਕਸ਼ਨ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ, ਉਹਦੇ 'ਚ ਕੋਈ ਵੀ ਚਿਹਰਾ ਆ ਸਕਦਾ। ਮੈਂ ਇਹ ਸੋਚ ਕੇ ਇਲੈਕਸ਼ਨ ਨਹੀਂ ਲੜ ਰਿਹਾ ਕਿ ਫਲਾਨਾ ਆਊਗਾ, ਮੈਂ ਉਹਦੇ ਆਉਣ ਤੋਂ ਬਾਅਦ ਇਲੈਕਸ਼ਨ ਲੜੂੰਗਾ। ਮੈਂ ਪਾਰਟੀ ਨਾਲ ਨੇ ਮੈਨੂੰ ਸੱਦਿਆ, ਪਾਰਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਨਾਂ ਅਨਾਊਂਸ ਕਰਨ ਲੱਗੇ। ਮਾਨ ਸਾਹਿਬ ਨੇ ਮੈਨੂੰ ਆਖਿਆ ਕਿ ਤੁਹਾਡਾ ਨਾਂ ਅਨਾਊਂਸ ਕਰਨ ਲੱਗੇ। ਮੈਂ ਉਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਕਰੋ, ਕੋਈ ਚਿਹਰਾ ਆ ਜੇ, ਮੈਨੂੰ ਉਸ ਗੱਲ ਦੀ ਕੋਈ ਪਰਵਾਹ ਨਹੀਂ। ਨਾ ਮੈਂ ਇਹ ਸੋਚ ਕੇ ਇਲੈਕਸ਼ਨ ਲੜ ਰਿਹਾ ਕਿ ਫਲਾਨਾ ਆਊਗਾ ਤਾਂ ਲੜਨਾ ਹੈ ਜਾਂ ਦੂਜਾ ਆਊਗਾ ਤਾਂ ਨਹੀਂ ਲੜਨਾ। ਜਿਹੜੇ ਚਿਹਰਿਆਂ ਦੀ ਗੱਲ ਤੁਸੀਂ ਕਰ ਰਹੇ ਹੋ ਉਹ ਸਾਰੇ ਵਿਚਾਰੀ ਜਾਂਦੇ ਆ ਕਿ ਅਸੀਂ ਕਿਹੜੇ ਹਲਕੇ ਤੋਂ ਸੇਫ ਹੋ ਕੇ ਲੜ ਸਕਦੇ ਹਾਂ, ਪਰ ਮੈਨੂੰ ਲੱਗਦਾ ਕਿ ਉਹ ਪੰਜਾਬ 'ਚ ਕਿਤੇ ਵੀ ਸੇਫ ਨਹੀਂ ਹੋ ਸਕਦਾ, ਉਹ ਆਉਣ ਹੀ ਨਾ। ਪਹਿਲ ਦੇ ਆਧਾਰ 'ਤੇ ਸਭ ਤੋਂ ਵੱਧ ਪਾਰਲੀਮੈਂਟ ਦੇ ਵਿੱਚ ਉਹ ਮੁੱਦੇ ਉਠਾਏ ਜਾਣਗੇ ਜਿਹੜੇ ਫਾਜ਼ਿਲਕਾ ਦੇ ਮੁੱਦੇ ਆ, ਜਿਵੇਂ ਕੈਂਸਰ ਦਾ ਮੁੱਦਾ, ਜਿਵੇਂ ਕਾਲੇ ਪੀਲੀਏ ਦਾ ਮੁੱਦਾ ਹੈ, ਸਾਡੇ ਬਾਰਡਰ ਲਾਈਨ ਦੇ ਉੱਤੇ ਕਾਫੀ ਸਾਰੇ ਲੋਕਾਂ ਦੀਆਂ ਸਮੱਸਿਆਵਾਂ, ਉਹ ਮੁੱਦਿਆਂ ਨੂੰ ਲੈ ਕੇ ਪਾਰਲੀਮੈਂਟ 'ਚ ਜਾਵਾਂਗੇ, ਪਾਰਲੀਮੈਂਟ ਤੋਂ ਉਹਨੂੰ ਹੱਲ ਕਰਾਉਣ ਦੀ ਹਰ ਹਾਲਤ ਕੋਸ਼ਿਸ਼ ਕਰਾਂਗੇ। ਅਕਸਰ ਹੀ ਦੇਖਿਆ ਜਾਂਦਾ ਪਾਰਲੀਮੈਂਟ ਵਿੱਚ ਪਹੁੰਚ ਕੇ ਬਾਅਦ ਵਿੱਚ ਸਾਰ ਨਹੀਂ ਲੈਂਦੇ ਹਲਕੇ, MP ਦਾ ਹਲਕਾ ਵੱਡਾ ਹੁੰਦਾ, MP ਦਿਖਦਾ ਹੀ ਨਹੀਂ ਕਈ ਹਲਕਿਆਂ ਦੇ ਵਿੱਚ, ਕੁਝ ਇਸ ਤਰ੍ਹਾਂ ਦਾ ਅਕਸਰ ਹੀ ਫਿਰੋਜ਼ਪੁਰ ਹਲਕੇ ਨਾਲ ਤਾਂ ਹੋਇਆ ਹੀ ਹੈ। ਮੈਂ ਤੁਹਾਨੂੰ ਇਸ ਗੱਲ ਬਾਰੇ ਅੱਜ ਕਹਿੰਦਾ ਤਾਂ ਕੁਛ ਹਾਸੋ ਹੀ ਨਹੀਂ ਜੀ ਗੱਲ ਹੋਊਗੀ। ਮੈਂ ਮੁਕਤਸਰ ਦਾ ਵਿਧਾਇਕ ਹਾਂ, ਤੁਸੀਂ ਸਾਰੇ ਪ੍ਰੈਸ ਰਿਪੋਰਟਰ ਦੱਸ ਸਕਦੇ ਹੋ ਕਿ ਮੈਂ ਮੁਕਤਸਰ ਦੇ ਵਿੱਚ ਕਿੰਨਾ ਕੁ ਅਲੋਪ ਰਹਿੰਦਾ। ਮੈਂ ਲਗਾਤਾਰ ਹਫ਼ਤੇ ਦੇ ਵਿੱਚ 5 ਦਿਨ ਮੁਕਤਸਰ ਦੇ ਵਿੱਚ ਲਾਜ਼ਮੀ ਹਾਜ਼ਰ ਹੁੰਦਾ, ਹਰੇਕ ਦੁੱਖ ਸੁੱਖ ਦੇ ਵਿੱਚ ਹਾਜ਼ਰ ਹੁੰਦਾ, ਹਰੇਕ ਕੰਮ ਦੇ ਵਿੱਚ ਹਾਜ਼ਰ ਹੁੰਦਾ। ਉਸੇ ਤਰ੍ਹਾਂ ਹੀ ਮੈਂ ਪਾਰਲੀਮੈਂਟ ਦੇ ਵਿੱਚ, ਹਲਕਾ ਫਿਰੋਜ਼ਪੁਰ ਦੇ ਵਿੱਚ ਹਰ ਥਾਂ 'ਤੇ ਜਾਣ ਦੀ ਪੂਰੀ ਕੋਸ਼ਿਸ਼ ਰੱਖੂੰਗਾ। ਸੰਗਰੂਰ 'ਚ ਕਮੀਆਂ ਜ਼ਰੂਰ ਨਜ਼ਰ ਆਉਂਦੀਆਂ ਜੀ, ਸੁਪਰੀਮੋ ਸਾਹਿਬ ਦੇ ਅੰਦਰ ਜਾਣ ਨਾਲ ਬਹੁਤ ਅਫਸੋਸ ਵਾਲੀ ਗੱਲ ਹੈ, ਪਰ ਹਿੰਦੁਸਤਾਨ ਦੀ ਜਿਹੜੀ ਜਨਤਾ ਹੈ ਉਹਨੇ ਅੱਜ ਤੱਕ ਧੱਕਾ ਨਹੀਂ ਸਿਆ, ਪੰਜਾਬ ਦੀ ਜਨਤਾ ਖਾਸ ਕਰਕੇ ਧੱਕਾ ਨਹੀਂ ਸਹਿੰਦੀ। ਜਿਹੜਾ ਧੱਕਾ ਸਾਡੇ ਸੁਪਰੀਮੋ ਨਾਲ ਹੋਇਆ, ਅਰਵਿੰਦ ਜੀ ਨਾਲ ਹੋਇਆ, ਉਹ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੈ। ਸਾਨੂੰ ਲੋਕ ਲਗਾਤਾਰ ਆ ਕੇ ਕਹਿ ਰਹੇ ਹੈ ਕਿ ਤੁਸੀਂ ਤਕੜੇ ਹੋ, ਅਸੀਂ ਨਾਲ ਹੈ,
ਮੋਦੀ ਦਾ ਇਹ ਧੱਕਾ ਅਸੀਂ ਸਹਿਣ ਨਹੀਂ ਕਰਾਂਗੇ। ਅਸੀਂ ਵੋਟਾਂ ਦੇ ਵਿੱਚ ਮੋਦੀ ਨੂੰ ਜਵਾਬ ਦੇਵਾਂਗੇ, ਭਾਜਪਾ ਨੂੰ ਜਵਾਬ ਦੇਵਾਂਗੇ। ਇਹ ਜਿਹੜਾ ਮੇਰਾ ਖਿਆਲ ਤਾਂ ਜੇ ਅਸੀਂ ਗੱਲ ਕਰੀਏ ਕਿ ਸਾਡੇ ਕੋਲ ਹਰੇਕ ਪਿੰਡ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਰੂਪ ਹਰੇਕ ਥਾਂ 'ਤੇ ਹੈ, ਹਰੇਕ ਵਰਕਰ ਸਾਡਾ ਕੇਜਰੀਵਾਲ ਸਾਹਿਬ ਦਾ ਰੂਪ ਧਾਰ ਕੇ, ਮਾਨ ਸਾਹਿਬ ਦਾ ਰੂਪ ਧਾਰ ਕੇ ਪਿੰਡਾਂ ਦੇ ਵਿੱਚ ਬੈਠਾ। ਅਸੀਂ ਇਸ ਗੱਲ ਦੀ ਕੋਈ ਸਾਨੂੰ ਚਿੰਤਾ ਨਹੀਂ ਕਿ ਸਾਡਾ ਕੋਈ ਦਿੱਕਤ ਆਊਗੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।